ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟ੍ਰੈਵਲ 'ਤੇ, ਜਿਵੇਂ ਕਿ ਆਪ ਸਭ ਨੂੰ ਪਤਾ, ਆਪਾਂ ਸਮੇਂ ਸਮੇਂ 'ਤੇ ਪ੍ਰੋਪਰਟੀ ਦੇ ਰਿਗਾਰਡਿੰਗ ਜਿਹੜੀਆਂ ਨਿਊਜ਼ ਹੁੰਦੀਆਂ ਨੇ ਜਾਂ ਨਵੀਆਂ ਅਪਡੇਟ ਆਉਂਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਅਤੇ ਪਿਛਲੇ ਕਾਫੀ ਸਮੇਂ ਤੋਂ NOC ਦਾ ਜਿਹੜਾ ਕਾਫੀ ਜ਼ਿਆਦਾ ਰੌਲਾ ਚੱਲ ਰਿਹਾ, ਅਤੇ ਕਾਫੀ ਜ਼ਿਆਦਾ ਮੈਸੇਜ ਵਗੈਰਾ ਵੀ ਆਉਂਦੇ ਹਨ, ਅਤੇ ਕਸਟਮਰ ਪੁੱਛਦੇ ਵੀ ਹਨ ਵੀ NOC ਦਾ ਕੀ ਸਟੇਟਸ ਆ, ਜਾਂ ਕਈ ਜਿਹੜੇ ਲੋਕ ਜਿਹੜੇ ਫਸਟ ਟਾਈਮ ਆਪਣੇ ਕੋਈ ਪ੍ਰੋਪਰਟੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੋਈ ਸੇਲ ਕਰਨਾ ਚਾਹੁੰਦੇ ਹਨ ਜਾਂ ਕੋਈ ਪਰਚੇਜ ਕਰਨਾ ਚਾਹੁੰਦੇ ਹਨ, ਖਰੀਦਣਾ ਚਾਹੁੰਦੇ ਹਨ, ਅਤੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ NOC ਕਿਹੜੀ ਪ੍ਰੋਪਰਟੀ ਦੇ ਉੱਪਰ NOC ਦੀ ਜ਼ਰੂਰਤ ਹੈ, ਕਿਹੜੀ ਦੇ ਉੱਪਰ NOC ਦੀ ਜ਼ਰੂਰਤ ਨਹੀਂ ਹੈ। ਸੋ ਪਿਛਲੇ ਕੁਝ ਸਮੇਂ ਤੋਂ ਕਾਫੀ ਜਿਹੜੀਆਂ ਪ੍ਰੋਪਰਟੀਆਂ ਦੇ ਉੱਪਰ ਜਿਹੜੀ ਮੌਜੂਦਾ ਸਰਕਾਰ ਹੈ, ਇਹਨਾਂ ਨੇ NOC ਨੂੰ ਖਤਮ ਕੀਤਾ, ਉਸਦੇ ਰਿਗਾਰਡਿੰਗ ਆਪਾਂ ਨੂੰ ਫੋਨ ਆਉਂਦੇ ਹਨ ਕਿ ਕਿਹੜੀਆਂ ਕਿਹੜੀਆਂ ਪ੍ਰੋਪਰਟੀਜ਼ ਦੇ ਉੱਪਰ NOC ਜਿਹਨਾਂ ਦੀ ਸ਼ਰਤ ਹੁਣ ਲਾਗੂ ਨਹੀਂ ਹੁੰਦੀ। ਉਸੇ ਸੰਬੰਧ ਦੇ ਵਿੱਚ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ ਹਨ, ਪਰ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਇਸ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਹੀ ਪ੍ਰੋਪਰਟੀਆਂ ਬਾਰੇ ਦੱਸਾਂਗੇ, ਕਿਹੜੀ ਕਿਹੜੀ ਪ੍ਰੋਪਰਟੀਆਂ ਦੇ ਉੱਪਰ ਤੁਹਾਨੂੰ NOC ਦੀ ਜ਼ਰੂਰਤ ਨਹੀਂ ਹੈਗੀ, ਤਾਂ ਕਿਹੜੀਆਂ ਪ੍ਰੋਪਰਟੀਆਂ ਦੇ ਉੱਪਰ ਛੇਤੀ ਹੀ NOC ਜਿਹੜੀ ਸ਼ਰਤ ਆ ਉਹ ਪੰਜਾਬ ਦੇ ਵਿੱਚ ਖਤਮ ਹੋਣ ਜਾ ਰਹੀ ਆ। ਸੋ ਸਭ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ, ਅਤੇ ਸਬਸਕ੍ਰਾਈਬ ਦੇ ਨਾਲ ਜੁਆਇਨ ਦੀ ਆਪਸ਼ਨ ਆ, ਉੱਥੇ ਜਾ ਕੇ ਤੁਸੀਂ ਸਪੋਰਟ ਵੀ ਕਰ ਸਕਦੇ ਹੋ। ਅਤੇ ਸਭ ਨੂੰ ਰਿਕੁਐਸਟ ਵੀ ਹੈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਜੀ ਪ੍ਰਮੋਟ ਕਰੋ, ਅਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ NOC ਦੇ ਸੰਬੰਧ ਦੇ ਵਿੱਚ, ਆਪਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ 1995 ਦੀ ਪ੍ਰੋਪਰਟੀਜ਼, ਮੋਸਟਲੀ ਕਈਆਂ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੁਛ ਪ੍ਰੋਪਰਟੀਜ਼ ਹੁੰਦੀਆਂ ਹਨ ਜਿਵੇਂ ਪਲੋਟ ਨੇ ਜਾਂ ਘਰ ਨੇ ਜਿਹੜੇ 1995 ਤੋਂ ਪਹਿਲਾਂ ਦੇ ਨੇ, ਤਾਂ ਉਸ ਸੰਬੰਧ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਉਸਨੇ ਐਲਾਨ ਕੀਤਾ ਸੀ ਪਹਿਲਾਂ ਵੀ, ਅਤੇ ਆਪਾਂ ਇਸ ਦੇ ਸੰਬੰਧ ਵਿੱਚ ਵੀਡੀਓ ਵੀ ਪਹਿਲਾਂ ਬਣਾਈਆਂ ਹੋਈਆਂ ਹਨ, ਪਰ ਅੱਜ ਆਪਾਂ ਤੁਹਾਨੂੰ ਫਿਰ ਦੱਸ ਰਹੇ ਹਾਂ। ਕਈ ਲੋਕ ਜਿਹੜੇ ਨਵੇਂ ਲੋਕ ਨੇ ਜਿਹੜੇ ਫਸਟ ਟਾਈਮ ਆਪਣੀ ਪ੍ਰੋਪਰਟੀ ਪਰਚੇਜ ਕਰਨਾ ਚਾਹੁੰਦੇ ਹਨ 1995 ਤੋਂ ਪਹਿਲਾਂ ਦੀ, ਜਾਂ ਕੋਈ ਜਿਹੜੇ ਕੋਈ 1995 ਤੋਂ ਪਹਿਲਾਂ ਦੀ ਆਪਣੀ ਪ੍ਰੋਪਰਟੀ ਸੇਲ ਕਰਨਾ ਚਾਹੁੰਦੇ ਹਨ, ਅਤੇ ਉਹਨਾਂ ਦੇ ਲਈ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਅਤੇ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਸਾਰੀ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ। ਸੋ ਜੇ ਤੁਹਾਡੀ 1900 ਪਹਿਲਾਂ ਤੋਂ ਕੋਈ ਵੀ ਪ੍ਰੋਪਰਟੀਜ਼ ਹੈ ਜਿਵੇਂ ਕਿ ਪਲੋਟ ਹੈ ਜਾਂ ਕੋਈ ਹਾਊਸ ਹੈ, ਤਾਂ ਤੁਸੀਂ ਉਸਨੂੰ ਬਿਨਾਂ NOC ਬਿਨਾਂ NOC ਦੇ ਸਰਟੀਫਿਕੇਟ ਤੋਂ ਸੇਲ ਕਰ ਸਕਦੇ ਹੋ, ਪਰ ਉਸਦੇ ਵਿੱਚ ਕੁਛ ਸ਼ਰਤਾਂ ਹਨ, ਜਿਵੇਂ ਕਿ ਤੁਸੀਂ ਮੰਨ ਲਓ ਤੁਹਾਡਾ ਕੋਈ 500 ਗਜ ਦਾ ਜਾਂ 1000 ਗਜ ਦਾ ਕੋਈ ਪਲੋਟ ਹੈ ਜਾਂ ਕੋਈ ਘਰ ਹੈ, ਤੁਸੀਂ ਉਸਨੂੰ ਟੋਟੇ ਕਰਕੇ ਜਾਂ ਆਪਾਂ ਉਸਨੂੰ ਕਹੀਏ ਤੁਸੀਂ ਡਿਵਾਈਡ ਕਰਕੇ ਛੋਟੇ ਪਲੋਟ ਬਣਾ ਕੇ ਸੇਲ ਨਹੀਂ ਕਰ ਸਕਦੇ, ਉਸ ਪਲੋਟ ਨੂੰ ਐਜ਼ ਇਟ ਹੀ ਤੁਹਾਨੂੰ ਸੇਲ ਕਰਨਾ ਪਏਗਾ। ਜਾਂ ਤੁਸੀਂ ਜਿਵੇਂ ਕਿ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਅਤੇ ਮੰਨ ਲਓ ਤੁਹਾਡੀ ਕੋਈ 300 ਗਜ ਦਾ ਵੀ ਕੋਈ ਪਲੋਟ ਹੈ ਜਾਂ ਇਸ ਤੋਂ ਵੀ ਘੱਟ ਹੈ, ਤਾਂ ਉਹ ਜੇ 1995 ਤੋਂ ਪਹਿਲਾਂ ਦਾ ਤੁਸੀਂ ਉਸਨੂੰ ਨਹੀਂ ਵੇਚਿਆ ਅਤੇ ਹੁਣ ਫਸਟ ਟਾਈਮ ਵੇਚ ਰਹੇ ਹੋ, ਇਸ ਤੋਂ ਪਹਿਲਾਂ 1995 ਤੋਂ ਬਾਅਦ ਉਹਦੀ ਕੋਈ ਰਜਿਸਟਰੀ ਸੇਲ ਪਰਚੇਜ ਨਹੀਂ ਹੋਇਆ, ਤਾਂ ਤੁਸੀਂ ਉਸਨੂੰ ਵੀ ਐਜ਼ ਇਟ ਸੇਲ ਕਰ ਸਕਦੇ ਹੋ, ਤੁਹਾਨੂੰ NOC ਸਰਟੀਫਿਕੇਟ ਦੀ ਜ਼ਰੂਰਤ ਨਹੀਂ ਪਵੇਗੀ। ਪਰ ਕਈਆਂ ਜਗ੍ਹਾ ਦੇ ਉੱਪਰ ਜਿਹੜੇ ਨੇ ਆਪਣੇ ਵਸੀਕਾ ਨਵੀਸ ਨੇ ਜਾਂ ਤਹਿਸੀਲਦਾਰ ਨੇ, ਉਹ ਡਿਮਾਂਡ ਕਰਦੇ ਹਨ ਜਾਂ ਕਹਿੰਦੇ ਹਨ ਕਸਟਮਰ ਨੂੰ ਵੀ ਤੁਸੀਂ ਆਪਣੇ NOC ਸਰਟੀਫਿਕੇਟ ਲੈ ਕੇ ਆਓ। ਉਸ ਸੰਬੰਧ ਦੇ ਵਿੱਚ ਆਪਾਂ ਤੁਹਾਨੂੰ ਇਹ ਗਾਈਡ ਕਰਾਂਗੇ ਵੀ ਜੇ ਤੁਹਾਡੀ 1995 ਤੋਂ ਪਹਿਲਾਂ ਦੀ ਪ੍ਰੋਪਰਟੀ ਹੈ ਤਾਂ ਜੇ ਫਿਰ ਵੀ ਤੁਹਾਨੂੰ NOC ਸਰਟੀਫਿਕੇਟ ਦੀ ਡਿਮਾਂਡ ਕਰ ਰਹੇ ਹਨ, ਤਾਂ ਤੁਸੀਂ ਜ਼ਰੂਰ ਜਿਹੜੇ ਸੈਕਟਰੀਏਟ ਦੇ ਬਾਹਰ ਵਸੀਕਾ ਨਵੀਸ ਬੈਠਦੇ ਹਨ, ਅਰਜੀ ਨਵੀਸ ਬੈਠਦੇ ਹਨ, ਉਹਨਾਂ ਦੇ ਨਾਲ ਕਿਸੇ ਵਧੀਆ ਐਕਸਪਰਟ ਬੰਦੇ ਨਾਲ ਸੰਪਰਕ ਕਰੋ ਅਤੇ ਉਹਨਾਂ ਨੂੰ ਸਾਰੀ ਡਿਟੇਲ ਦੱਸੋ, ਸਾਰੇ ਡਾਕੂਮੈਂਟ ਆਪਣੇ ਓਰੀਜਨਲ ਲੈ ਕੇ ਜਾਓ ਤਾਂ ਜੋ ਸਹੀ ਵੈਰੀਫਾਈ ਕਰਕੇ ਤੁਹਾਨੂੰ ਸਹੀ ਸਲਾਹ ਜਾਂ ਸਹੀ ਗਾਈਡ ਕਰ ਸਕਣ। ਸੋ ਇਹ ਸੀ ਜੀ 1995 ਤੋਂ ਪਹਿਲਾਂ ਦੀ ਜੇ ਤੁਹਾਡੀ ਕੋਈ ਵੀ ਪ੍ਰੋਪਰਟੀ ਹੈਗੀ ਆ, ਕਮਰਸ਼ੀਅਲ ਆ ਜਾਂ ਰੈਜੀਡੈਂਸ਼ੀਅਲ ਆ, ਤਾਂ ਤੁਹਾਨੂੰ NOC ਦੀ ਜ਼ਰੂਰਤ ਨਹੀਂ ਹੈਗੀ। ਦੂਸਰਾ,
ਜਿਹੜੇ ਪਿੱਛੇ ਜਾਂ ਸਰਕਾਰ ਨੇ ਜਿਹੜੇ ਆਪਾਂ ਉਸਦੇ ਉੱਪਰ ਵੀਡੀਓ ਵੀ ਬਣਾਈ ਸੀ, 5773 ਪਿੰਡਾਂ ਨੂੰ NOC ਤੋਂ ਮੁਕਤ ਕੀਤਾ, ਅਤੇ ਉਸਦੇ ਸੰਬੰਧ ਦੇ ਵਿੱਚ ਵੀ ਆਪਾਂ ਨੂੰ ਕਾਫੀ ਕਾਲਾਂ ਵਗੈਰਾ ਆਈਆਂ ਹੁੰਦੀਆਂ ਨੇ, ਹੁਣ ਵੀ ਆਉਂਦੀਆਂ ਹਨ, ਜੋ ਉਹਨਾਂ ਦੀ ਲਿਸਟ ਕਿਹੜੀ ਹੈ, ਉਹ ਕਿਹੜੇ ਪਿੰਡ ਹਨ ਜਿਹੜੇ NOC ਤੋਂ ਫ੍ਰੀ ਕੀਤੇ ਗਏ ਹਨ, ਤਾਂ ਉਸਦੇ ਸੰਬੰਧ ਦੇ ਵਿੱਚ ਆਪਾਂ ਵੀਡੀਓ ਬਣਾਈ ਸੀ, ਅਤੇ ਅੱਜ ਵੀ ਆਪਾਂ ਤੁਹਾਨੂੰ ਉਸਦੇ ਬਾਰੇ ਐਕਸਪਲੇਨ ਕਰਾਂਗੇ ਪ੍ਰੋਪਰ ਵੀ ਜਿਹੜੇ 5773 ਪਿੰਡ ਹਨ ਪੰਜਾਬ ਦੇ 22 ਜ਼ਿਲ੍ਹਿਆਂ ਦੇ, ਉਹਨਾਂ ਦੇ ਵਿੱਚ ਜੇ ਤੁਹਾਡਾ 5773 ਪਿੰਡਾਂ ਦੇ ਵਿੱਚ ਤੁਹਾਡਾ ਪਿੰਡ ਆਉਂਦਾ ਹੈ ਤਾਂ ਤੁਹਾਨੂੰ NOC ਦੀ ਜ਼ਰੂਰਤ ਨਹੀਂ ਹੈਗੀ। ਉਸਦੀ ਬਕਾਇਦਾ ਫਿਰ ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ, ਆਪਾਂ ਤੁਹਾਨੂੰ ਉਹਨਾਂ ਦਾ ਫਾਈਨਲ ਜਿਹੜਾ ਹੈਗਾ ਆ ਲਿੰਕ ਦਿਖਾ ਰਹੇ ਹਾਂ, ਇਸ ਤਰ੍ਹਾਂ ਜੇ ਅੰਮ੍ਰਿਤਸਰ ਦਾ ਦਿਖਾ ਰਹੇ ਹਾਂ ਅਤੇ ਅੰਮ੍ਰਿਤਸਰ ਦੇ ਸਾਰੇ ਪਿੰਡ ਤੁਹਾਨੂੰ ਸਟੈਪ ਬਾਈ ਸਟੈਪ ਸਾਰੇ ਦਿਸ ਰਹੇ ਹਨ, ਅਤੇ ਜੇ ਇਹ ਪਿੰਡਾਂ ਦੇ ਵਿੱਚ ਤੁਹਾਡਾ ਕੋਈ ਪਲੋਟ, ਤੁਹਾਡਾ ਕੋਈ ਘਰ ਜਾਂ ਕੋਈ ਵੀ ਜੀ ਪ੍ਰੋਪਰਟੀ ਹੈ ਤਾਂ ਤੁਸੀਂ ਉਸ ਨੂੰ ਸੇਲ ਕਰ ਸਕਦੇ ਹੋ, ਤੁਹਾਨੂੰ NOC ਦੀ ਹੁਣ ਜ਼ਰੂਰਤ ਨਹੀਂ ਪਵੇਗੀ। ਇਸੇ ਤਰ੍ਹਾਂ ਤੁਹਾਡੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਹਨ, 22 ਜ਼ਿਲ੍ਹੇ ਹਨ, ਅਤੇ 22 ਜ਼ਿਲ੍ਹਿਆਂ ਦੇ ਤੁਹਾਡਾ ਕੋਈ ਵੀ ਪਿੰਡ ਆਉਂਦਾ ਹੈ ਜਿਹੜਾ ਆਪਾਂ ਲਿੰਕ ਰਾਈਟ ਆਨ ਕਰ ਰਹੇ ਹਾਂ, ਤਾਂ ਇਸ ਲਿੰਕ ਦੇ ਉੱਪਰ ਤੁਸੀਂ ਕਲਿੱਕ ਕਰਕੇ ਅਤੇ ਆਪਣਾ ਪਿੰਡ ਚੈੱਕ ਕਰ ਸਕਦੇ ਹੋ, ਅਤੇ ਇਸ ਦਾ ਜਿਹੜਾ ਲਿੰਕ ਆ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਰਾਈਟ ਆਨ ਕਰਾਂਗੇ, ਉੱਥੇ ਜਾ ਕੇ ਕਲਿੱਕ ਕਰੋਗੇ ਤਾਂ ਤੁਸੀਂ ਜਾ ਕੇ ਆਪਣਾ ਪਿੰਡ ਚੈੱਕ ਕਰ ਸਕਦੇ ਹੋ, ਤੁਹਾਡਾ ਪਿੰਡ ਇਹਨਾਂ 5773 ਪਿੰਡਾਂ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ। ਸੋ ਹੁਣ ਦੂਸਰੇ ਜਿਹੜੀ NOC ਦੀ ਜ਼ਰੂਰਤ ਹੈ, ਇਹਨਾਂ 5773 ਪਿੰਡਾਂ ਦੇ ਵਿੱਚ ਤੁਹਾਨੂੰ NOC ਦੀ ਜ਼ਰੂਰਤ ਨਹੀਂ ਪਵੇਗੀ, ਤੁਸੀਂ ਬਿਨਾਂ NOC ਤੋਂ ਆਪਣੀ ਕੋਈ ਵੀ ਪ੍ਰੋਪਰਟੀਜ਼, ਪਲੋਟ ਜਾਂ ਘਰ ਸੇਲ ਜਾਂ ਪਰਚੇਜ ਕਰ ਸਕਦੇ ਹੋ। ਤੀਸਰਾ ਜਿਹੜਾ ਹੁਣ ਲੇਟੈਸਟ ਪੰਜਾਬ ਸਰਕਾਰ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ, ਪਿੰਡਾਂ ਦੇ ਵਿੱਚ ਆਬਾਦੀ ਦੀ ਜਿਹੜੀ ਜਗ੍ਹਾ ਹੁੰਦੀ ਹੈ ਉਸਦੇ ਉੱਪਰ ਵੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕਰ ਦਿੱਤਾ ਹੈ ਵੀ ਤੁਹਾਨੂੰ ਹੁਣ NOC ਦੀ ਜ਼ਰੂਰਤ ਨਹੀਂ ਹੈ। ਜੇ ਤੁਹਾਡੀ ਪਿੰਡਾਂ ਦੇ ਵਿੱਚ ਆਬਾਦੀ ਦੇ ਵਾਲੀ ਕੋਈ ਵੀ ਜਗ੍ਹਾ ਹੈ, ਪਲੋਟ ਹੈ ਜਾਂ ਘਰ ਹੈ, ਤਾਂ ਤੁਸੀਂ ਉਸਨੂੰ ਸੇਲ ਪਰਚੇਜ ਕਰ ਸਕਦੇ ਹੋ ਬਿਨਾਂ NOC ਤੋਂ। ਉਸਦਾ ਆਪਾਂ ਨੋਟੀਫਿਕੇਸ਼ਨ ਤੁਹਾਨੂੰ ਸਕਰੀਨ 'ਤੇ ਦਿਖਾ ਰਹੇ ਹਾਂ। ਸੋ ਜੇ ਹੁਣ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਕੋਈ ਆਬਾਦੀ ਦੇ ਵਾਲੀ ਜਗ੍ਹਾ ਸੇਲ ਜਾਂ ਪਰਚੇਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ NOC ਦੀ ਜ਼ਰੂਰਤ ਨਹੀਂ ਹੈਗੀ। ਤਾਂ ਕਈ ਪੁੱਛਦੇ ਨੇ, ਕਈਆਂ ਦੇ ਆਪਾਂ ਨੂੰ ਕਾਲ ਵਗੈਰਾ ਵੀ ਆਈ ਹੈ ਵੀ ਜਿਹੜੀ ਆਬਾਦੀ ਦੀ ਵਾਲੀ ਜਗ੍ਹਾ ਕਿਹੜੀ ਹੁੰਦੀ ਹੈ। ਸੋ ਜੀ, ਆਬਾਦੀ ਦੀ ਵਾਲੀ ਜਗ੍ਹਾ ਉਹ ਹੁੰਦੀ ਹੈ ਜਿਹੜੀ ਰੂੜੀਆਂ ਵਾਲੀ ਜਗ੍ਹਾ ਜਿਸਨੂੰ ਕਿਹਾ ਜਾਂਦਾ ਹੈ, ਜਾਂ ਇਸਨੂੰ ਕਈ ਜਗ੍ਹਾ 'ਤੇ ਕੁਛ ਹੋਰ ਨਾਮ ਨਾਲ ਵੀ ਪ੍ਰੋਨਾਊਂਸ ਕੀਤਾ ਜਾਂਦਾ ਹੋਵੇਗਾ। ਜੇ ਤੁਹਾਨੂੰ ਨਹੀਂ ਪ੍ਰੋਪਰ ਪਤਾ ਲੱਗ ਰਿਹਾ ਤਾਂ ਤੁਸੀਂ ਆਪਣੇ ਜਿਵੇਂ ਕਿਸੇ ਵੀ ਜ਼ਿਲ੍ਹੇ 'ਚ ਬੋਲ ਰਹੇ ਹੋ ਤਾਂ ਉੱਥੇ SDM ਦਫ਼ਤਰ ਜਾ ਕੇ ਉਸਦੇ ਬਾਅਦ ਜਿਹੜੇ ਵਸੀਕਾ ਨੂੰ ਵੀ ਬੈਠੇ ਹੁੰਦੇ ਹਨ ਜਾਂ ਅਰਜੀ ਨੂੰ ਵੀ ਹੁੰਦੇ ਹਨ ਜਿਹੜੇ ਰਜਿਸਟਰੀਆਂ ਲਿਖਦੇ ਹਨ, ਉਹਨਾਂ ਤੋਂ ਜਾ ਕੇ ਤੁਸੀਂ ਜ਼ਿਆਦਾ ਕਲੀਅਰ ਕਨਫਰਮ ਕਰ ਸਕਦੇ ਹੋ ਵੀ ਤੁਹਾਡੇ ਪਿੰਡ ਦੇ ਵਿੱਚ ਆਬਾਦੀ ਦੀ ਵਾਲੀ ਜਿਹੜੀ ਤੁਹਾਡਾ ਪਲੋਟ ਹੈ ਜਾਂ ਤੁਹਾਡਾ ਜਿਹੜਾ ਘਰ ਹੈ ਉਹ ਆਬਾਦੀ ਦੀ ਵਾਲੀ ਜਗ੍ਹਾ ਦੇ ਵਿੱਚ ਆਉਂਦਾ ਹੈ ਜਾਂ ਉਸ ਤੋਂ ਬਿਨਾਂ ਆਉਂਦਾ ਹੈ। ਸੋ ਜੇ ਤੁਹਾਡਾ ਕੋਈ ਪਲੋਟ ਜਾਂ ਘਰ, ਤੁਹਾਡੀ ਕੋਈ ਵੀ ਪ੍ਰੋਪਰਟੀ ਆਬਾਦੀ ਦੀ ਵਾਲੀ ਜਗ੍ਹਾ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ ਹੁਣ NOC ਦੀ ਜ਼ਰੂਰਤ ਨਹੀਂ ਹੈਗੀ। ਇਸ ਤੋਂ ਅੱਗੇ ਹੁਣ ਜਿਹੜਾ ਲਾਸਟ ਪੁਆਇੰਟ ਆ ਉਹ ਇਹ ਹੈ ਵੀ ਪੰਜਾਬ ਸਰਕਾਰ ਨੇ ਪਿੱਛੇ ਐਲਾਨ ਕੀਤਾ, ਉਸਦੇ ਉੱਪਰ ਆਪਾਂ 3-4 ਵੀਡੀਓ ਵੀ ਬਣਾਈਆਂ ਸੀ, CM ਸਰਦਾਰ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀਗਾ ਵੀ ਜਿਹੜੀ ਹੁਣ NOC ਸ਼ਰਤ ਬਿਲਕੁਲ ਖਤਮ ਕੀਤੀ ਜਾਵੇਗੀ, ਪਰ ਉਹ ਇਹ ਐਲਾਨ ਉਸਦਾ ਨੋਟੀਫਿਕੇਸ਼ਨ ਨਹੀਂ ਆਇਆ ਅਤੇ ਉਸਦੇ ਵਿੱਚ ਕਾਫੀ ਜ਼ਿਆਦਾ ਲੋਕ ਕਨਫਿਊਜ਼ ਹਨ। ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਪਿੱਛੇ ਜਿਹਾ ਸਰਕਾਰ ਨੇ ਕਾਫੀ ਟਾਈਮ ਪਹਿਲਾਂ ਇੱਕ ਐਲਾਨ ਕੀਤਾ ਸੀਗਾ ਪੰਜਾਬ ਸਰਕਾਰ ਨੇ ਵੀ ਜਿਨ੍ਹਾਂ ਦੀਆਂ ਵੀ ਪ੍ਰੋਪਰਟੀਜ਼, ਪਲੋਟ ਜਾਂ ਘਰ ਕੋਈ ਵੀ ਲੀਗਲ ਜਾਂ ਇਨਲੀਗਲ ਕਲੋਨੀਆਂ ਦੇ ਵਿੱਚ ਜਿਹੜੀਆਂ ਕੋਈ ਪਲੋਟ ਵਗੈਰਾ ਹਨ, ਕੋਈ ਪ੍ਰੋਪਰਟੀਆਂ ਹਨ, ਘਰ ਹਨ, 2018 ਤੋਂ ਪਹਿਲਾਂ ਜੇ ਤੁਹਾਡੀ ਕੋਈ ਵੀ ਪ੍ਰੋਪਰਟੀਜ਼, ਘਰ ਜਾਂ ਪਲੋਟ 2018 ਤੋਂ ਪਹਿਲਾਂ ਦਾ ਹੈ ਤਾਂ ਤੁਸੀਂ ਆਪਦੀ NOC ਅਪਲਾਈ ਕਰ ਸਕਦੇ ਹੋ।
ਜਿਵੇਂ ਕਿ ਪਹਿਲਾਂ ਉਹ ਬੰਦ ਸੀਗੀ ਪਰ ਇਹ ਸਰਕਾਰ ਨੇ ਆ ਕੇ ਉਸ ਨੂੰ ਖੋਲ ਦਿੱਤਾ, ਤੁਸੀਂ ਆਪਣੀ NOC ਅਪਲਾਈ ਕਰ ਸਕਦੇ ਹੋ। ਸੋ ਜੇ ਤੁਹਾਡੀ ਕੋਈ ਵੀ ਪ੍ਰੋਪਰਟੀ 2018 ਤੋਂ ਪਹਿਲਾਂ ਦੀ ਹੈਗੀ ਆ ਤਾਂ ਤੁਸੀਂ ਉਸਦੀ NOC ਅਪਲਾਈ ਕਰ ਸਕਦੇ ਹੋ, ਪਰ ਜੇ ਤੁਹਾਡੀ ਪ੍ਰੋਪਰਟੀ ਪਲੋਟ ਜਾਂ ਘਰ ਕੋਈ ਵੀ ਚਾਹੇ ਇਲੀਗਲ ਕਲੋਨੀ ਦੇ ਵਿੱਚ ਹੈ ਪਰ 2018 ਤੋਂ ਬਾਅਦ ਦਾ ਤਾਂ ਤੁਸੀਂ ਇਹ NOC ਅਪਲਾਈ ਨਹੀਂ ਕਰ ਸਕਦੇ। ਤਾਂ ਉਸੇ ਸੰਬੰਧ ਦੇ ਵਿੱਚ CM ਸਰਦਾਰ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਹੁਣ 2018 ਤੋਂ ਬਾਅਦ ਵੀ 2023 ਤੱਕ ਲਾ ਲਓ ਹੁਣ ਤੱਕ ਜਿੰਨੀਆਂ ਵੀ ਕਲੋਨੀਆਂ ਵੀ ਬਣੀਆਂ ਹਨ ਜਿਹੜੀਆਂ ਇਲੀਗਲ ਹਨ ਜਿਹਨਾਂ 'ਚ ਰੋਡ ਛੋਟੇ ਹਨ ਜਾਂ ਕੋਈ ਵੀ ਦਿੱਕਤ ਹੈ ਤਾਂ ਉਹਨਾਂ ਦੇ ਵਿੱਚ ਵੀ NOC ਦੀ ਜਿਹੜੀ ਸ਼ਰਤ ਆ ਹੁਣ ਮੁਕੰਮਲ ਤੌਰ 'ਤੇ ਖਤਮ ਕਰ ਦਿੱਤੀ ਜਾਵੇਗੀ। ਪਰ ਉਸਦਾ ਇਹ ਜੀ ਐਲਾਨ ਹੋਇਆ ਉਸਦਾ ਇਹ ਜੀ ਨੋਟੀਫਿਕੇਸ਼ਨ ਨਹੀਂ ਆਇਆ, ਜਿਹੜਾ ਪਿੱਛੇ ਜਿਹਾ ਨੋਟੀਫਿਕੇਸ਼ਨ ਆਇਆ ਸੀ ਉਸਦੇ ਉੱਪਰ ਵੀਡੀਓ ਬਣਾਈ ਸੀ, ਉਹ ਜਿਹੜਾ ਨੋਟੀਫਿਕੇਸ਼ਨ ਸੀਗਾ ਉਹ ਆਬਾਦੀ ਦੇ ਵਾਲੀ ਜਗ੍ਹਾ ਦਾ ਸੀ, ਨਾ ਕਿ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਲੋਨੀਆਂ ਇਨਲੀਗਲ ਬਣੀਆਂ ਹੋਈਆਂ ਹਨ ਜਾਂ ਜਿਹਨਾਂ ਨੇ ਪ੍ਰੋਪਰ ਰੂਲ ਐਂਡ ਰੈਗੂਲੇਸ਼ਨ ਫੋਲੋ ਨਹੀਂ ਕੀਤੇ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਸੀਗਾ। ਸੋ ਜਿਹੜਾ ਐਲਾਨ CM ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਸੀਗਾ ਵੀ ਮੁਕੰਮਲ ਤੌਰ 'ਤੇ NOC ਖਤਮ ਕਰ ਦਿੱਤੀ ਜਾਵੇਗੀ, ਉਸਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਹੋਇਆ। ਜਦੋਂ ਵੀ ਉਹਦਾ ਨੋਟੀਫਿਕੇਸ਼ਨ ਜੇ ਜਾਰੀ ਹੋ ਜਾਂਦਾ ਅਗਲੇ 1-2-4 ਦਿਨਾਂ ਦੇ ਵਿੱਚ ਤਾਂ ਫਿਰ ਤੁਹਾਨੂੰ ਕਿਸੇ ਵੀ ਪ੍ਰੋਪਰਟੀ ਦੇ ਉੱਪਰ NOC ਦੀ ਜ਼ਰੂਰਤ ਨਹੀਂ ਪਵੇਗੀ। ਪਰ ਫਿਲਹਾਲ ਜਿਹੜੀਆਂ ਆਪਾਂ ਤੁਹਾਨੂੰ ਪਿੱਛੇ ਦੱਸਿਆ ਹੈ ਜਿਵੇਂ ਕਿ 1995 ਤੋਂ ਪਹਿਲਾਂ ਦੀਆਂ ਕੋਈ ਪ੍ਰੋਪਰਟੀ ਸਨ ਉਸ ਦੇ ਉੱਪਰ ਤੁਹਾਨੂੰ NOC ਦੀ ਜ਼ਰੂਰਤ ਨਹੀਂ ਹੈ। ਉਸ ਤੋਂ ਬਾਅਦ ਜਿਹੜੀ 5773 ਪਿੰਡ ਹਨ 22 ਜ਼ਿਲ੍ਹਿਆਂ ਦੇ ਉਹਨਾਂ ਵਿੱਚ ਤੁਹਾਨੂੰ NOC ਦੀ ਜ਼ਰੂਰਤ ਨਹੀਂ ਹੈ। ਤੀਸਰਾ ਆਬਾਦੀ ਦੇ ਵਾਲੀ ਜਗ੍ਹਾ ਜਿਹੜੀ ਪਿੰਡਾਂ ਦੇ ਵਿੱਚ ਹੁੰਦੀ ਹੈ ਉਸ ਦੇ ਉੱਪਰ NOC ਦੀ ਜ਼ਰੂਰਤ ਨਹੀਂ ਹੈ। ਅਤੇ ਜਿਹੜੀ ਲੇਟੈਸਟ ਹੁਣ ਜਿਹੜਾ ਐਲਾਨ ਹੋਇਆ ਉਸਦਾ ਜੇ ਤੁਹਾਨੂੰ ਆਪਾਂ ਦੱਸਿਆ ਜੋ ਨੋਟੀਫਿਕੇਸ਼ਨ ਨਹੀਂ ਆਇਆ, ਜਦੋਂ ਵੀ ਉਸਦਾ ਨੋਟੀਫਿਕੇਸ਼ਨ ਆਵੇਗਾ ਆਪਾਂ ਆਪਣੇ ਚੈਨਲ ਦੇ ਉੱਪਰ ਤੁਹਾਨੂੰ ਸਾਰੀ ਉਸਦੀ ਇਨਫੋਰਮੇਸ਼ਨ ਦਾਂਗੇ। ਸੋ ਇਸੇ ਹੀ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਭ ਨੂੰ ਰਿਕੁਐਸਟ ਹੈ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਅਤੇ ਫੋਲੋ ਕਰ ਲਓ, ਅਤੇ ਫੋਲੋ ਦੇ ਨਾਲ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਵੀ ਕਰ ਸਕਦੇ ਹੋ, ਜੁਆਇਨ ਕਰਕੇ ਤੁਸੀਂ ਵੱਧ ਤੋਂ ਵੱਧ ਆਪਣੀ ਸਪੋਰਟ ਕਰ ਸਕਦੇ ਹੋ। ਹੁਣ ਆਪਾਂ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਜਦ ਤੱਕ ਲਈ ਆਪ ਸਾਨੂੰ ਆਗਿਆ ਦਿਓ, ਸਭ ਦਾ ਧੰਨਵਾਦ।